ਸ਼ਾਨ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਨੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਰਸ਼ਕੋ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਲਈ ਨਵੀਂ ਗੌਸਿਪ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਜੀ ਪੰਜਾਬੀ ਇੰਡਸਟਰੀ ਦੇ ਦੋ ਅਜਿਹੇ ਫੀਮੇਲ ਆਰਟਿਸਟ ਦੀ ਜਿਨ੍ਹਾਂ ਦਾ ਨਾਮ ਬਹੁਤ ਜ਼ਿਆਦਾ ਚੱਲ ਰਿਹਾ ਅਤੇ ਕੰਟਰੋਵਰਸੀ ਨੂੰ ਲੈ ਕੇ ਦੋਨੋਂ ਜਣੀਆਂ ਹੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੀਆਂ ਨੇ। ਮੈਂ ਗੱਲ ਕਰ ਰਹੀ ਹਾਂ ਹਿਮਾਂਸ਼ੀ ਖੁਰਾਨਾ ਅਤੇ ਸ਼ਹਿਨਾਜ਼ ਕੌਰ ਗਿੱਲ ਦੀ। ਦੋਨੋਂ ਪਹੁੰਚ ਚੁੱਕੇ ਨੇ ਜੀ ਬਿਗ ਬੋਸ ਸੀਜ਼ਨ 13 ਦੇ ਵਿੱਚ, ਪਰ ਉਹਨਾਂ ਦੇ ਦੋਨਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਦੋਨੋਂ ਜਣੇ ਲੜਾਈ ਨਹੀਂ ਕਰਨਗੇ, ਯਾਨੀ ਹਿਮਾਂਸ਼ੀ ਖੁਰਾਨਾ ਅਤੇ ਸ਼ਹਿਨਾਜ਼ ਕੌਰ ਗਿੱਲ ਇੱਕ ਦੂਜੇ ਦੇ ਲਈ ਐਵੇਂ ਲੱਗੀਆਂ ਕਿ ਨਹੀਂ ਸ਼ਾਇਦ ਇਹਨਾਂ ਦਾ ਮੁੱਦਾ ਥੰਮ ਚੁੱਕਿਆ, ਪਰ ਅਜਿਹਾ ਨਹੀਂ ਹੋਇਆ। ਹੁਣ ਸ਼ਹਿਨਾਜ਼ ਕੌਰ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਦੀ ਲੜਾਈ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਹਿਮਾਂਸ਼ੀ ਖੁਰਾਨਾ ਸ਼ਹਿਨਾਜ਼ ਕੌਰ ਗਿੱਲ ਨੂੰ ਧੱਕਾ ਮਾਰ ਰਹੇ ਨੇ ਅਤੇ ਉਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਵੀ ਹਿਮਾਂਸ਼ੀ ਖੁਰਾਨਾ ਨੂੰ ਵਾਰਨਿੰਗ ਦਿੰਦੇ ਹੋਏ ਨਜ਼ਰ ਆ ਰਹੇ ਨੇ। ਦੋਨੋਂ ਜਣੇ ਇੱਕ ਦੂਜੇ ਨੂੰ ਦੇਖ ਕੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨੇ ਅਤੇ ਦੋਨਾਂ ਦਾ ਮੁੱਦਾ ਲੱਗਦਾ ਕਿ ਹੁਣ ਪੱਕ ਚੁੱਕਿਆ ਅਤੇ ਹੁਣ ਇਹ ਲੱਗਦਾ ਕਿ ਦੋਨੋਂ ਜਣੇ ਇੱਕ ਦੂਜੇ ਦੇ ਨਾਲ ਲੜਾਈ ਕਰਦੇ ਹੀ ਰਹਿਣਗੇ। ਪਰ ਪੂਰੇ ਮਾਝੇ ਨੂੰ ਦੇਖਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਕਿੰਨੀ ਕੁ ਉਮੀਦ ਸੀ ਕਿ ਦੋਨੋਂ ਜਣੇ ਦੀ ਫਾਈਟ ਦੁਬਾਰਾ ਤੋਂ ਹੋਵੇਗੀ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਦੋਨਾਂ ਦੀ ਸੁਲਾਹ ਹੋ ਜਾਣੀ ਚਾਹੀਦੀ ਹੈ ਜਾਂ ਫਿਰ ਪਬਲਿਕ ਨੂੰ ਮਸਾਲਾ ਮਿਲਣਾ ਚਾਹੀਦਾ? ਯਾਨੀ ਦੋਨਾਂ ਦੀ ਇਹ ਫਾਈਟ ਦੇਖਣ ਤੋਂ ਬਾਅਦ ਸਾਰੇ ਬਹੁਤ ਜ਼ਿਆਦਾ ਮਜ਼ਾਕ ਉਡਾ ਰਹੇ ਨੇ ਦੋਨਾਂ ਨੂੰ ਲੈ ਕੇ, ਅਤੇ ਕਮੈਂਟਸ ਦੀ ਗੱਲ ਕਰੀਏ ਤਾਂ ਕਮੈਂਟਸ ਦੇ ਵਿੱਚ ਦੋਨਾਂ ਨੂੰ ਹੀ ਲੈ ਕੇ ਕਾਫੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ। ਪੂਰੇ ਮਾਝੇ ਨੂੰ ਦੇਖਦੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਅਤੇ ਹੁਣ ਮੈਂ ਚੱਲਦੀ ਹਾਂ ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਬਾਲੀਵੁੱਡ ਦੇ ਬਾਲੀਵੁੱਡ ਦੇ ਡੇਲੀ ਦੇ ਅਪਡੇਟਸ ਜਾਣਨਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।